ਜੀ ਹਾਂ, ਬੀਤੇ ਦਿਨੀ ਤਰਨ ਤਾਰਨ ਦੇ ਪਿੰਡ ਆਸਲ ਉਤਾੜ ਚ ਉਸ ਸਮੇਂ ਮਾਤਮ ਪਸਰ ਗਿਆ ਸੀ ਜਦੋਂ ਇੱਕ ਵਿਆਹ ਸਮਾਗਮ ਚ ਚੱਲ ਰਹੇ ਡੀਜੇ ਦੌਰਾਨ ਗੋਲੀਆਂ ਚੱਲ ਗਈਆਂ ਸਨ। ਇਸੇ ਦੌਰਾਨ ਹਮਲਾਵਰਾਂ ਨੇ ਡੀਜੇ ਵਾਲਿਆਂ ਦੇ ਨਾਲ ਕੰਮ ਕਰਨ ਵਾਲੇ 15-16 ਸਾਲਾਂ ਦੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਤੇ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਅਤੇ ਹੁਣ ਇਸ ਮਾਮਲੇ ਚ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਪੁੱਤ ਨੂੰ ਇਨਸਾਫ਼ ਦਿਵਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ, ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਜੀ ਹਾਂ, ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਥਾਣਾ ਵਲਟੋਹਾ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪਰਿਵਾਰ ਦੇ ਵੱਲੋਂ ਜੰਮ ਕੇ ਪੁਲਿਸ ਖਿਲਾਫ਼ ਭੜਾਸ ਕੱਢੀ ਗਈ ਹੈ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਗਏ ਨੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦੀ ਮੌਤ ਨੂੰ ਕਈ ਦਿਨ ਬੀਤ ਚੁੱਕੇ ਨੇ ਪਰ ਪੁਲਿਸ ਦੇ ਵੱਲੋਂ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸ ਕਰਕੇ ਉਹਨਾਂ ਨੂੰ ਮਜਬੂਰਨ ਧਰਨਾ ਲਾਉਣਾ ਪਿਆ ਤਾਂ ਕਿ ਉਹ ਆਪਣੇ ਪੁੱਤ ਦੀ ਮੌਤ ਦਾ ਇਨਸਾਫ਼ ਲੈ ਸਕਣ। ਸਾਨੂੰ ਭਰੋਸਾ ਦਵਾਇਆ ਕਿ ਹੁਣੇ ਫੜ ਕੇ ਲੈ ਆਉਣੇ, ਪਰ 4 ਦਿਨ ਹੋ ਗਏ ਕੋਈ ਇਹਨੇ ਕਾਰਵਾਈ ਨਹੀਂ ਕੀਤੀ ਜੀ। ਕੋਈ ਨਹੀਂ, ਵੇਖ ਲਓ ਅਸੀਂ ਉੱਦਾਂ ਹੀ ਧੱਕੇ ਠੋਰੇ ਖਾਂਦੇ ਫਿਰਦੇ, ਉੱਦਣ ਵੀ ਰਾਤ ਅਸੀਂ ਠੰਡ 'ਚ ਟਰਦੇ ਰਹੇ, ਅੱਜ ਵੀ ਅਸੀਂ ਠੰਡ 'ਚ ਟਰਨ ਦਏ ਹਾਂ, ਸਾਡਾ ਕੋਈ ਨਿਆਂ ਨਹੀਂ ਕੀਤਾ। ਫਿਰ ਉੱਦਣ ਵੀ ਧੱਕੇ ਨਾਲ ਅਸੀਂ ਪਰਚਾ ਕਰਵਾਇਆ ਅਤੇ ਅੱਜ ਵੀ ਸਾਡੇ ਨਾਲ ਉਹ ਗੱਲ ਹੁੰਦੀ ਆ। ਆਪਾਂ ਨੂੰ ਕਾਰਵਾਈ ਨਹੀਂ ਕੋਈ ਮਿਲਦੀ ਪਈ, ਬੰਦੇ ਘਰੇ ਫਿਰਦੇ ਆ, ਤੁਰੇ ਫਿਰਦੇ ਆ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਜਿਨ੍ਹਾਂ ਨੇ ਮੁੰਡੇ ਦਾ ਕਤਲ ਕੀਤਾ, ਹਾਂਜੀ ਜਿਨ੍ਹਾਂ ਨੇ ਕਤਲ ਕੀਤਾ, 22 ਤਰੀਕ ਕੋਈ 4 ਦਿਨ ਹੋ ਗਏ ਆ, ਆਂਦੇ ਕੋਈ ਮਿਲ ਨਹੀਂ ਡਿਆ ਘਰੇ। ਹਾਂਜੀ, ਅੱਜ ਤੱਕ ਕੋਈ ਵੀ ਅਰੈਸਟ ਨਹੀਂ ਹੋਇਆ। ਉੱਥੇ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ 2 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਨਹੀਂ ਜੀ, ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਵੀ ਕਾਰਵਾਈ ਨਹੀਂ ਕੀਤੀ, ਕਾਰਵਾਈ ਹੀ ਕਰ ਰਹੇ ਹਾਂ, ਉਹਨਾਂ 'ਤੇ ਰੇਡ ਕਰ ਰਹੇ ਹਾਂ, ਉਹ ਘਰੇ ਨਹੀਂ ਮਿਲ ਰਹੇ। ਇੱਥੋਂ ਤੱਕ ਕਿ ਉਹਨਾਂ ਦੇ ਅਸੀਂ ਮੋਬਾਈਲ ਨੰਬਰ ਲੈ ਕੇ ਲੋਕੇਸ਼ਨਾਂ ਤੱਕ ਲਾਈਆਂ, ਇਹ ਸਾਰੇ ਸੀਨੀਅਰ ਅਫਸਰਾਂ ਦੇ ਨੋਟਸ 'ਚ ਲਿਆਂਦਾ, ਸਾਰੀ ਪੁਲਿਸ ਦੇ ਸੰਬੰਧਿਤ ਟੀਮ ਦੇ ਲੱਗੀ ਆ।